ਰੱਦ ਕਰ ਦਿੱਤੀ ਗਈ 24 ਘੰਟਿਆਂ ਬਾਅਦ, ਜਦਕਿ ਪੰਜਾਬ ਦੇ ਵਿੱਚ ਡਾਕਟਰ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੂੰ 3 ਸਾਲ ਦੀ ਸਜ਼ਾ ਹੋਈ ਹੈ ਔਰ ਕਈ ਦਿਨਾਂ ਬਾਅਦ ਉਹਨਾਂ ਨੂੰ ਸਟੇਅ ਮਿਲਿਆ ਔਰ ਅੱਜ ਉਹ ਮੰਤਰੀ ਨੇ। ਲੇਕਿਨ ਰਾਹੁਲ ਗਾਂਧੀ ਨੂੰ ਐਸਾ ਲੋਕਤੰਤਰ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਸਪੀਕਰ ਨੇ ਇਹ ਮੌਕਾ ਨਹੀਂ ਦਿੱਤਾ ਔਰ 24 ਘੰਟਿਆਂ ਬਾਅਦ ਉਹਨਾਂ ਨੂੰ ਘਰ ਛੱਡਣ ਦਾ ਨੋਟਿਸ ਵੀ ਦੇ ਦਿੱਤਾ ਗਿਆ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਆਜ਼ਾਦੀ ਔਰ ਅਖੰਡਤਾ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਹੈ, ਇਸ ਦੇਸ਼ ਨੂੰ ਦੇ ਵਿੱਚ ਲੋਕਤੰਤਰ ਲੈ ਕੇ ਆਉਂਦਾ ਹੈ। ਸੋ ਅੱਜ ਮੈਨੂੰ ਲੱਗਦਾ ਲੋਕਤੰਤਰ ਬਚਾਉਣ ਦੀ ਲੋੜ ਹੈ। ਅਗਰ ਲੋਕਤੰਤਰ ਅਤੇ ਸੰਵਿਧਾਨ ਨਾ ਬਚਾਇਆ ਔਰ ਤਾਨਾ ਸ਼ਾਹ ਹਿੰਦੁਸਤਾਨ ਦੀ ਸਰਕਾਰ ਯਾਨੀ ਕਿ ਮੋਦੀ ਜੀ ਦੀ ਸਰਕਾਰ ਇੱਕ ਨਾ ਇੱਕ ਦਿਨ ਸਾਡੇ ਦੇਸ਼ ਨੂੰ ਕੋਰੀਆ, ਰਸ਼ੀਆ ਅਤੇ ਚਾਈਨਾ ਬਣਾ ਦੇਗੀ ਸੰਵਿਧਾਨ ਤੋੜ ਕੇ, ਕਿ ਉਸ ਤੋਂ ਬਾਅਦ ਕਦੇ ਚੁਣਾਵ ਨਹੀਂ ਹੋਣਗੇ, ਇੱਕ ਸ਼ਾਸਕ ਰਹੇਗਾ ਅਤੇ ਜਿਹੜਾ ਵੀ ਸ਼ਾਸਕ ਦੇ ਖਿਲਾਫ ਬੋਲਿਆ ਕਰੇਗਾ ਉਹਨੂੰ ਸਜ਼ਾਏ ਮੌਤ ਜਾਂ ਕਾਲੇ ਪਾਣੀ ਭੇਜ ਦਿੱਤਾ ਜਾਏਗਾ। ਅਗਰ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਭਾਸ਼ਣ ਦੇਣ 'ਤੇ ਹੋ ਸਕਦੀ ਹੈ, ਸਭ ਤੋਂ ਪੁਰਾਣੀ ਪਾਰਟੀ ਦਾ, ਸਭ ਤੋਂ ਰਾਜਨੀਤਿਕ ਤਕੜੇ ਘਰਾਨੇ ਦਾ ਵਿਅਕਤੀ, ਪੁਰਾਣੇ ਘਰਾਨੇ ਦਾ, ਇਹ ਸੁਨੇਹਾ ਦਿੱਤਾ ਦੂਜੇ ਵਿਪਕਸ਼ੀ ਦਲਾਂ ਨੂੰ ਕਿ ਅਗਰ ਮੇਰੇ ਖਿਲਾਫ ਕੋਈ ਆਵਾਜ਼ ਬੁਲੰਦ ਕਰੇਗਾ ਤਾਂ ਉਹਦਾ ਇਹੀ ਇਲਜ਼ਾਮ ਹੋਏਗਾ। ਉਸੇ ਦੇ ਤਹਿਤ ਅੱਜ ਅਸੀਂ ਮੀਟਿੰਗਾਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਰਾਹੀਂ, ਫਿਰ ਬਲਾਕਾਂ 'ਚ ਪ੍ਰੈਸ ਕਾਨਫਰੰਸ ਦੇ ਰਾਹੀਂ, ਹੁਣ ਅਸੀਂ ਇਸ ਤਰ੍ਹਾਂ ਦੀ ਸਭਾ ਬੁਲਾ ਕੇ ਪੰਜਾਬ ਦੇ ਕੋਨੇ ਕੋਨੇ ਵਿੱਚ, ਪਿੰਡ ਪਿੰਡ ਵਿੱਚ ਅਤੇ ਪੰਜਾਬ ਦੇ ਹਰ ਵਾਰਡ 'ਚ ਜਾਵਾਂਗੇ। ਅੱਜ ਮੈਂ ਅਤੇ ਹਰੀਸ਼ ਚੌਧਰੀ ਉਸੇ ਕੜੀ ਦੇ ਤਹਿਤ ਅੱਜ ਅਸੀਂ ਇੱਥੇ ਆ ਕੇ ਜਨਤਾ ਨੂੰ ਇਸ ਮੀਟਿੰਗ ਨੂੰ ਸੰਬੋਧਨ ਕਰਨਾ। ਨਵਜੋਤ ਸਿੱਧੂ ਕੱਲ੍ਹ ਆਏ ਆ ਜੀ, ਸਰ ਨਵਜੋਤ ਸਿੱਧੂ ਜੀ ਕੱਲ੍ਹ ਆਏ ਆ ਜਲਾਲਾਬਾਦ ਕਾਂਗਰਸ, ਆਹ ਤੁਹਾਨੂੰ ਕਮਾਂਡ ਵਾਲੇ ਨਹੀਂ ਦਿਖ ਰਹੇ, ਇੱਕ ਹੱਥ ਕਦੇ ਨਹੀਂ ਹੋਣਾ ਚਾਹੀਦਾ। ਮੇਰੀ ਤੁਹਾਨੂੰ ਬੇਨਤੀ ਹੈ, ਕੌਣ ਯਾਰ ਕਮਾਲ ਆ ਕੇ ਨਹੀਂ ਆਏ, ਉਹਨਾਂ ਨੇ ਕਹਿਣ ਦੀ ਕੀ ਲੋੜ ਆ, ਸਾਰੀ ਦੁਨੀਆ ਨੂੰ ਪਤਾ ਮੈਂ ਨਹੀਂ ਗਿਆ। ਨਵਜੋਤ ਸੁਣੋ ਜਨਾਬ, 1 ਤਰੀਕ ਦੇ 2 ਤਰੀਕ ਦੇ ਸਰਕੂਲਰ ਜਾਰੀ ਹਨ, ਪੂਰੇ ਦੇਸ਼ ਭਰ ਦੇ ਵਿੱਚ ਪ੍ਰੈਸ ਕਾਨਫਰੰਸਿਸ ਹੋ ਰਹੀਆਂ, ਹਰੀਸ਼ ਚੌਧਰੀ ਇੱਥੇ ਫਿਰ ਰਹੇ, ਮੀਟਿੰਗਾਂ ਚੱਲ ਰਹੀਆਂ। ਨਵਜੋਤ ਸਿੰਘ ਸਿੱਧੂ ਸਾਡੇ ਬਹੁਤ ਸਤਿਕਾਰਯੋਗ ਲੀਡਰ ਹਨ, ਸਾਨੂੰ ਉਹਨਾਂ ਦੇ ਆਉਣ ਦੀ ਬੇਹੱਦ ਖੁਸ਼ੀ ਹੈ। ਅਤੇ ਤੁਸੀਂ ਮੇਰਾ ਟਵੀਟ ਨਹੀਂ ਪੜ੍ਹਿਆ, ਮੈਂ ਲਿਖਿਆ ਵੈਲਕਮ ਨਵਜੋਤ ਸਿੰਘ ਸਿੱਧੂ ਜੀ, ਅਤੇ ਨਾਲ ਇਹ ਵੀ ਲਿਖਿਆ ਕਿ ਆਉਣ ਵਾਲੇ ਸਮੇਂ 'ਚ ਜਲਦ ਆਪਣੀ ਮੁਲਾਕਾਤ ਹੋਏਗੀ। ਕੋਈ ਨਹੀਂ ਹੈ, ਜ਼ਰੂਰੀ ਨਹੀਂ, ਉੱਥੇ ਤਾਂ ਗਏ ਹੀ ਨਹੀਂ, ਤੁਸੀਂ ਮੈਨੂੰ ਕਿਉਂ ਪੁੱਛ ਰਹੇ ਹੋ, ਉੱਥੇ ਤਾਂ 100 ਬੰਦਾ ਨਹੀਂ ਗਿਆ, ਫਿਰ ਇਹਦਾ ਮਤਲਬ ਸਾਰੇ ਕੋਈ ਕਿਸੇ, ਜ਼ਰੂਰੀ ਨਹੀਂ ਹੈ ਪੰਜਾਬ ਪ੍ਰਧਾਨ ਹਰ ਕਿਤੇ ਜਾਵੇ, ਸਾਡਾ ਅਸੀਂ ਜੀਆਂ ਆ ਕਹਿ ਰਹੇ ਹਾਂ, ਸਾਡੇ ਸਤਿਕਾਰਯੋਗ ਲੀਡਰ ਹੈ, ਸਾਡੇ ਮਨ 'ਚ ਉਹਨਾਂ ਦਾ ਬਹੁਤ, ਉਹਨਾਂ ਦੇ ਪ੍ਰਤੀ ਸਤਿਕਾਰ ਹੈ। ਹਾਂਜੀ, ਏਜੰਡਾ, ਲਾਅ ਐਂਡ ਆਰਡਰ, ਪੰਜਾਬ ਦੀ ਸਥਿਤੀ, ਪੰਜਾਬ ਨਾਲ ਕੀਤੇ ਵਾਅਦੇ, ਪੰਜਾਬ ਨਾਲ ਕੀਤਾ ਧੋਖਾ, ਮਹਿੰਗਾਈ, ਅੱਜ ਸਿਲੰਡਰ ਕੀ ਪਾ ਹੈ, ਅੱਜ ਵਪਾਰੀਆਂ 'ਤੇ ਦੁਬਾਰੇ ਵਧਾ ਦਿੱਤਾ ਗਿਆ ਬਿਜਲੀ ਦੇ ਇੰਡਸਟਰੀ 'ਤੇ, ਛੋਟੇ ਇੰਡਸਟਰੀਲਿਸਟ 'ਤੇ, ਅੱਜ ਕਿਸਾਨਾਂ ਦੀ ਫਸਲ ਖਰਾਬ ਹੋ ਗਈ, ਦੋਹਰੀ ਨੀਤੀ ਨਹੀਂ ਚੱਲੇਗੀ। ਦਿੱਲੀ 'ਚ ਕਹਿੰਦੇ ਆ ਦਿੱਲੀ ਮਾਡਲ ਤਾਂ ਇਹ ਕਹਿੰਦੇ ਸੀ 50,000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਖਰਾਬੇ ਦਾ ਦਿੱਤਾ ਜਾਂਦਾ, ਹੁਣ ਕਹਿੰਦੇ ਅਸੀਂ ਗਰਦਾਵਰੀ ਕਰਾ ਰਹੇ ਹਾਂ। ਸੋ ਇਹ ਧੋਖਾ ਨਹੀਂ ਚੱਲੇਗਾ, ਅਨੇਕਾਂ ਮੁੱਦੇ ਹੈ, ਉਹ ਮੁੱਦਿਆਂ ਨੂੰ ਲੈ ਕੇ ਹਜੇ ਤੱਕ ਉਮੀਦਵਾਰ ਨਹੀਂ ਤਿਆਰਿਆ, ਕਾਂਗਰਸ 'ਚੋਂ ਭਾਲਦੇ ਫਿਰਦੇ ਆ ਕੋਈ ਪੁਰਾਣਾ ਮਿਲ ਜੇ।